ਬਲਵਿੰਦਰ ਸਿੰਘ 2008 ਦੇ ਵਿੱਚ 사우ਦੀ ਅਰਬ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਤੇ ਉਸ ਵੇਲੇ ਉਮਰ ਕਿੰਨੀ ਸੀ ਉਹਨਾਂ ਦੀ ਉਸ ਵੇਲੇ ਉਮਰ ਉਹਨਾਂ ਦੀ ਤਕਰੀਬਨ 22 ਸਾਲ ਸੀਗੀ ਹਾਂਜੀ ਤੇ ਉਸ ਟਾਈਮ ਤੋਂ ਜੇਲ ਉਹਨਾਂ ਤੇ ਕੇਸ ਪੈ ਗਿਆ ਤੇ ਉਸ ਟਾਈਮ ਤੋਂ ਜੇਲ ਚ ਹੀ ਹੈ ਜੀ 2 ਕਰੋੜ ਰੁਪਇਆ ਇਹ ਜਿਹੜਾ ਹੈਗਾ ਕੰਪਨੀ ਨੂੰ ਪੈਣਾ ਸੀਗਾ ਉਹਨਾਂ ਨੂੰ ਪਤਾ ਸੀ ਕੰਪਨੀ ਵਾਲਿਆਂ ਨੂੰ ਕੇਸ ਕਲੇਮ ਸਾਨੂੰ ਦੇਣਾ ਪਊਗਾ ਉਹਨਾਂ ਨੇ ਇਸ ਨੂੰ ਝੂਠੇ ਕੇਸ 'ਚ ਪਸਾ ਲਿਆ ਜੀਐਲ ਦੇ ਜਿਹੜੇ ਕਰਮਚਾਰੀ ਸੀਗੇ ਉਹ ਫੋਨ ਲਵਾਉਂਦੇ ਆ ਵੀ ਜਦੋਂ ਪਰਿਵਾਰ ਨਾਲ ਸਮਝੌਤਾ ਹੋ ਜਾਂਦਾ ਮਸਰ ਦੇ ਪਰਿਵਾਰ ਨਾਲ ਉਹ ਕਹਿੰਦੇ ਵੀ ਜਾਂ ਤਾਂ ਸਾਨੂੰ 2 ਕਰੋੜ ਰੁਪਈਆ ਇੰਡੀਅਨ ਕਰੰਸੀ ਬਲੱਡ ਮਨੀ ਦਿੱਤੀ ਜਾਵੇ ਨਹੀਂ ਇਸ ਬੰਦੇ ਦਾ ਸਿਰ ਕਲਮ ਕੀਤਾ ਜਾਵੇ ਬਲਵਿੰਦਰ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਉਡੀਕ ਉਡੀਕ ਕਰ ਉਡੀਕ ਕਰਦੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਪਿਤਾ ਜੀ ਵੀ ਇਸ ਦੁਨੀਆ ਤੋਂ ਚਲੇ ਗਏ ਵਿਯੋਦ ਹੌਸਲਾ ਨਹੀਂ ਰਿਹਾ ਹੁਣ ਉਹਨੂੰ ਕਿਉਂਕਿ ਜਿਹੜੇ ਬੰਦੇ ਤੇ 4-5 ਦਿਨ ਜਿੰਦਗੀ ਤੇ ਰਹਿੰਦੇ ਹੋਣ ਹੋ ਸਕਦਾ ਉਹਨ ਕੀ ਪਤਾ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਤਾਂ ਕਹਿੰਨੇ ਆਂ ਵੀ ਵਾਪਸ ਆ ਜੇ ਕੋਈ ਬੰਦੇ ਤੇ ਕੀ ਵੀ ਦੀ ਉਹ ਹੀ ਦੱਸ ਸਕਦੇ ਜਦੋਂ ਭਾਰਤ ਦੀ ਅਰਥ ਵਿਵਸਥਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਮਰਬੂਰੀਆਂ ਦੇ ਵਸ ਹੋ ਕੇ ਜਿਹੜੇ ਨੌਜਵਾਨਾਂ ਨੂੰ ਪੰਜਾਬ ਦੇ ਅੰਦਰ ਜਾਂ ਭਾਰਤ ਦੇ ਵਿੱਚ ਰੋਜ਼ਗਾਰ ਨਹੀਂ ਮਿਲਦਾ ਤਮਾਮ ਚੁਣੌਤੀਆਂ ਦਾ ਸਾਹਮਣਾ ਆਰਥਿਕ ਤੌਰ ਤੇ ਕਰਨਾ ਪੈਂਦਾ ਏ ਤਾਂ ਉਹਨਾਂ ਨੌਜਵਾਨਾਂ ਦੇ ਕੋਲ ਕੇਵਲ ਇੱਕ ਰਸਤਾ ਹੁੰਦਾ ਹੈ ਕਿ ਜਿੰਨੀ ਉਹਨਾਂ ਦੇ ਕੋਲ ਪੂੰਜੀ ਹੁੰਦੀ ਹੈ ਉਹ ਪੂੰਜੀ ਲੁਟਾ ਕੇ ਇਹ ਜਿਹੜਾ ਬਾਹਰ ਦਾ ਰਸਤਾ ਸੱਤ ਸਮੁੰਦਰੋਂ ਪਾਰ ਜਿਸ ਨੂੰ ਵਿਦੇਸ਼ ਦੀ ਧਰਤੀ ਕਿਹਾ ਜਾਂਦਾ ਏ ਤਾਂ ਉਹ ਆਪਣੀ ਸਮਰੱਥਾ ਮੁਤਾਬਕ ਵਿਦੇਸ਼ ਦੀ ਧਰਤੀ ਦੇ ਵਿੱਚ ਜਾ ਕੇ ਰੋਜ਼ਗਾਰ ਭਾਲ ਕੇ ਪਰਿਵਾਰ ਦਾ ਗੁਜ਼ਾਰਾਨ ਕਰਦੇ ਨੇ ਤਾਂ ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਬਲਵਿੰਦਰ ਸਿੰਘ ਜਿਹੜੇ ਵਿਦੇਸ਼ ਦੇ ਵਿੱਚ ਗਏ ਸਨ ਪਰ ਕਿਤੇ ਨਾ ਕਿਤੇ ਕੰਮ ਕਰਦੇ ਹੋયા ਅਰੇਹੀ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿ ਉੱਥੇ ਪੁਲਿਸ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਲੰਘਣਾ ਪੈਂਦਾ ਹੈ ਔਰ ਇੱਕ ਕਤਲ ਦਾ ਇਲਜ਼ਾਮ ਲੱਗ ਜਾਂਦਾ ਹੈ ਤਾਂ ਕੁਝ ਸਮਾਂ ਬਾਅਦ ਜਿਹੜਾ ਹੈ ਹਾਈ ਕੋਰਟ ਦੇ ਵੱਲੋਂ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ 9 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਇਹ ਜਿਹੜਾ ਦੂਜੀ ਟੀਰਾ ਹੈ ਜਿਸ ਇਹ ਪਰਿਵਾਰ ਦਾ ਜਿਹੜਾ ਇੱਕ ਸ਼ਖਸ਼ ਮੌਤ ਦੇ ਕਾਟ ਉਤਰ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕਰਕੇ ਇਹ ਨੌਂਦਵਾਨ ਬਲਵਿੰਦਰ ਸਿੰਘ ਨੂੰ ਮੌਤ ਦੀ ਕਾਟ ਉਤਾਰਨ ਦੀ ਜਿਹੜਾ ਅਪੀਲ ਕੀਤੀ ਜਾਂਦੀ ਹੈ ਜਾਂ ਭਾਰਤ ਦੇ ਜਿਹੜਾ ਭਾਰਤ ਦਾ 2 ਕਰੋੜ ਦੀ ਵੱਡੀ ਰਕਮ ਅਦਾ ਕਰਨ ਵਾਸਤੇ ਅਪੀਲ ਕੀਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਨੌਨਵਾਨ ਬਲਵਿੰਦਰ ਸਿੰਘ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਏ ਪਰਿਵਾਰ ਦੇ ਵੱਲੋਂ ਇੱਕ ਵੱਡੀ ਗੁਹਾਰ ਲਗਾਈ ਹੋਈ ਹੈ ਉਹਨਾਂ ਸਮਾਜ ਸੇਵੀ ਲੋਕਾਂ ਨੂੰ ਇਨਸਾਫ਼ ਪਸੰਦ ਲੋਕਾਂ ਨੂੰ ਤਾਂ ਸਾਡੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਬਾਈ ਸਭ ਤੋਂ ਪਹਿਲਾਂ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਹੈ ਇਹ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਸਾਡਾ ਪਿੰਡ ਮੱਲਣਜੀ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਜੇ ਆਪਾਂ ਬਲਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਨੌਨਵਾਨ ਸੀ ਕਿੰਨੇ ਸਮੇਂ ਦੇ ਵਿੱਚ ਕਿਹੜੇ ਦੇਸ਼ ਦੇ ਵਿੱਚ ਜਾਂਦੇ ਬਲਵਿੰਦਰ ਸਿੰਘ 2008 ਦੇ ਵਿੱਚ 사우ਦੀ ਅਰਬ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਤੇ ਉਸ ਵੇਲੇ ਉਮਰ ਕਿੰਨੀ ਸੀ ਉਹਨਾਂ ਦੀ ਉਸ ਵੇਲੇ ਉਮਰ ਉਹਨਾਂ ਦੀ ਤਕਰੀਬਨ 22 ਸਾਲ ਸੀਗੀ ਜੀ ਹਾਂਜੀ ਤੇ ਉਸ ਟਾਈਮ ਤੋਂ ਜੇਲ ਉਹਨਾਂ ਤੇ ਕੇਸ ਪੈ ਗਿਆ ਤੇ ਉਸ ਟਾਈਮ ਤੋਂ ਜੇਲ ਥੀ ਹੈ ਜੀ ਕੇਸ ਕਾਦਾ ਪਿਆ ਸੀ ਕੇਸ ਉੱਥੇ ਝਗੜਾ ਹੋ ਗਿਆ ਸੀਗਾ ਜੀ ਮਸਰ ਦੇ ਮੈਨੇਜਰ ਦੇ ਨਾਲ ਇਹਨਾਂ ਦਾ ਤੇ ਉਹ ਝਗੜੇ ਦੌਰਾਨ ਉਹਦੇ ਸੱਟ ਲੱਗ ਗਈ ਸੀਗੀ ਤੇ ਕੁਝ ਹਾਂਜੀ ਤੇ ਕੁਸਟਮ ਬਾਅਦ ਉਹਦੀ ਡੈਥ ਹੋ ਗਈ ਤੇ ਉਹ ਕੰਪਨੀ ਵਾਲਿਆਂ ਨੇ ਇਸ ਤੇ ਝੂਠਾ ਕੇਸ ਪਵਾਤਾ ਕਿਉਂਕਿ ਉਹ ਕਲੇਮ ਸਾਰਾ ਉਸਦੀ ਡੈਥ ਦਾ ਕੰਪਨੀ ਨੂੰ ਦੇਣਾ ਪੈਣਾ ਸੀ ਕੰਪਨੀ ਵਾਲਿਆਂ ਨੇ ਕਿਹਾ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਉਹ ਕਿਉਂਕਿ ਝਗੜਾ ਹੋਣ ਕਰਕੇ ਕੰਪਨੀ ਨੇ ਕਿਹਾ ਕਿ ਇਸ ਬੰਦੇ ਨਾਲ ਝਗੜਾ ਹੋਇਆ ਸੀ ਤਾਂ ਕਰਕੇ ਇਹਦੀ ਡੈਥ ਹੋ ਗਈ ਹੈ ਝਗੜਾ ਹੋਣ ਦਾ ਕਾਰਨ ਕੀ ਸੀ ਕੋਈ ਨਸ਼ਾ ਵੀ ਕਰਦੇ ਸੀ ਡਰਿੰਕ ਵਗੈਰਾ ਕਰਦੇ ਸੀ ਜਾਂ ਫਿਰ ਐ ਸੁਭਾਵਕ ਤੌਰ ਤੇ ਜਿਹੜਾ ਸੀ ਟਕਰਾਅ ਹੋ ਗਈ ਉਹਨਾਂ ਦੀ ਨਹੀਂ ਨਹੀਂ ਇਹ ਡਰਿੰਕ ਨਹੀਂ ਕਰਦੇ ਸੀ ਜਿਹੜਾ ਉੱਥੋਂ ਦਾ ਮੈਨੇਜਰ ਸੀ ਜਿਹੜਾ ਬੰਦਾ ਮਰਿਆ ਮਿਸਰੀ ਜੀ ਉਹ ਉਹਦੀ ਡਰਿੰਕ ਕੀਤੀ ਹੋਈ ਸੀ ਇਹਨਾਂ ਦੇ ਕੰਪਨੀ ਦੇ ਮਾਲਕ ਦਾ ਫੋਨ ਆਉਂਦਾ ਵੀ ਐ ਕਰਕੇ ਉਹ ਉੱਥੇ ਵੀ ਝਗੜਾ ਹੋ ਗਿਆ ਉਹਨਾਂ ਦਾ ਬਲਵਿੰਦਰ ਤੂੰ ਜਾ ਉੱਥੇ ਕੰਪਨੀ ਦੇ ਜਦੋਂ ਬਲਵਿੰਦਰ ਸਿੰਘ ਉੱਥੇ ਜਾਂਦਾ ਤੇ ਉਹਦੇ ਕੋਲੇ ਤੇਜ਼ ਧਾਰ ਪਹਿਲਾਂ ਹੀ ਹਥਿਆਰ ਸੀ ਆਪਾਂ ਕਹਿ ਦਈਏ ਲੋਹੇ ਦਾ ਹਥਿਆਰ ਸੀਗਾ ਉਹ ਇਸ ਤੇ ਵਾਰ ਕਰਨ ਲੱਗਦਾ ਹੈਗਾ ਇਹਨੇ ਆਪ ਦੇ ਬਚਾਅ ਵਾਸਤੇ ਵੀ ਆਪ ਬਚਾਅ ਵਾਸਤੇ ਇਹਨੇ ਸਾਈਡ ਤੇ ਹੋਇਆ ਜਾਂ ਕਿਵੇਂ ਹੋਇਆ ਤੇ ਉਹ ਡੱਗ ਪਿਆ ਉਹਦੇ ਉਹਦੀ ਦਾਰੂ ਪੀਤੀ ਹੋਈ ਸੀਗੀ ਤੇ ਉਹ ਡੱਗ ਪਿਆ ਉਹਦੇ ਸਿਰ 'ਚ ਸੱਟ ਲੱਗ ਗਈ ਤੇ ਬਾਅਦ ਚ ਚਲੋ ਸਮਝਾਤਾ ਸਹੀ ਹੋ ਗਿਆ ਤੇ ਉਸ ਤੋਂ ਕੁਝ ਦਿਨਾਂ ਬਾਅਦ ਉਹਦੀ ਕੋਈ ਵੈਸੇ ਹੀ ਕਿਸੇ ਕਾਰਨ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਕਲੇਮ ਪਤਾ ਕੰਪਨੀ ਨੂੰ ਵੀ ਸਾਨੂੰ ਦੇਣਾ ਪਊਗਾ ਜਿਹੜਾ ਆਪਾਂ ਹੁਣ ਬਲੱਡ ਮਨੀ ਇਕੱਠੀ ਕਰ ਰਹੇ ਆ 2 ਕਰੋੜ ਰੁਪਇਆ ਇਹ ਜਿਹੜਾ ਹੈਗਾ ਕੰਪਨੀ ਨੂੰ ਪੈਣਾ ਸੀਗਾ ਉਹਨਾਂ ਨੂੰ ਪਤਾ ਸੀ ਕੰਪਨੀ ਵਾਲਿਆਂ ਨੂੰ ਕਿ ਇਸ ਕਲੇਮ ਸਾਨੂੰ ਦੇਣਾ ਪਊਗਾ ਉਹਨਾਂ ਨੇ ਇਸ ਨੂੰ ਝੂਠੇ ਕੇਸ ਚ ਪਸਾ ਲਿਆ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਪੁਲਿਸ ਦੇ ਵੱਲੋਂ ਜਿਹੜੀ ਬਲਵਿੰਦਰ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਸਾਨੂੰ ਕਾਫੀ ਟਾਈਮ ਬਲਵਿੰਦਰ ਦਾ ਫੋਨ ਨਹੀਂ ਆਇਆ ਕਿਉਂਕਿ ਉੱਥੇ ਅਲਾਉ ਨਹੀਂ ਹੈਗਾ ਜੀ ਇੱਥੇ ਫੋਨ ਰੱਖਣਾ ਜ਼ਿਲ੍ਹਾ ਦੇ ਵਿੱਚ ਕਾਫੀ ਟਾਈਮ ਬਾਅਦ ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਸਰਕਲਮ ਦੀ ਕਿਉਂਕਿ 6-7 ਸਾਲ ਮਾਤ ਪਿਤਾ ਉਡੀਕ ਦੇ ਰਿਹਾ ਵੀ ਪਤਾ ਨਹੀਂ ਕੀ ਕਾਰਨ ਹੋਇਆ ਕਿਉਂ ਗਰੀਬ ਪਰਿਵਾਰ ਹੈ ਜੀ ਅਪਰੋਚ ਨਹੀਂ ਕਰ ਸਕਦੇ ਆਪਾਂ ਬਾਹਰ ਨਹੀਂ ਕਰ ਸਕਦੇ ਉਡੀਕ ਦੇ ਉਡੀਕ ਦੇ ਜਦੋਂ 6-7 ਸਾਲਾਂ ਬਾਅਦ ਬਲਵਿੰਦਰ ਦਾ ਫੋਨ ਆਉਂਦਾ ਹੈ ਤੇ ਬਲਵਿੰਦਰ ਕਹਿੰਦਾ ਕਿ ਮੇਰਾ ਮੇਰੇ ਤੇ ਬਲੱਡ ਮਣੀ ਪੈ ਗਈ ਮੇਰੇ ਤੇ ਕੇਸ ਪੈ ਗਿਆ ਵੀ ਨਹੀਂ ਤਾਂ ਮੇਰਾ ਸਰਕਲਮ ਕਰ ਦੇਣਗੇ ਵੀ ਮੈਨੂੰ ਹੋ ਸਕਦਾ ਤੁਸੀਂ ਬਚਾਓ ਮੈ ਜੇਲ੍ਹ ਦੇ ਵਿੱਚੋਂ ਦਾ ਹਾਂਜੀ ਹਾਂਜੀ ਜੇਲ੍ਹ ਵਿੱਚੋਂ ਕਿਉਂਕਿ ਜਦੋਂ ਉਹ ਸਜ਼ਾ ਹੋ ਜਾਂਦੀ ਹੈ ਸਜ਼ਾ ਪੂਰੀ ਕਰ ਲੈਂਦਾ 7 ਸਾਲਾਂ ਦੀ ਸਿਰ ਸਜ਼ਾ ਮਿਲੀ ਸੀ ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਤੇ ਉੱਥੋਂ ਜੇਲ੍ਹ ਦੇ ਜਿਹੜੇ ਕਰਮਚਾਰੀ ਸੀਗੇ ਉਹ ਫੋਨ ਲਵਾਉਂਦੇ ਆ ਵੀ ਜਦੋਂ ਪਰਿਵਾਰ ਨਾਲ ਸਮਝੌਤਾ ਹੋ ਜਾਂਦਾ ਮਸਰ ਦੇ ਪਰਿਵਾਰ ਨਾਲ ਉਹ ਕਹਿੰਦੇ ਵੀ ਜਾਂ ਤਾਂ ਸਾਨੂੰ 2 ਕਰੋੜ ਰੁਪਈਆ ਇੰਡੀਅਨ ਕਰੰਸੀ ਬਲੱਡ ਮਨੀ ਦਿੱਤੀ ਜਾਵੇ ਨਹੀਂ ਇਸ ਬੰਦੇ ਦਾ ਸਰਕਲਮ ਕੀਤਾ ਜਾਵੇ ਤੇ ਉਹ ਸਰਕਾਰ ਵਾਲੇ ਉਹਨਾਂ ਨੂੰ ਫੋਨ ਲਵਾਉਂਦੇ ਆ ਕਿ ਤੂੰ ਆਪਦੀ ਫੈਮਲੀ ਚ ਫੋਨ ਲਾ ਤੇ ਉਹਨਾਂ ਨੂੰ ਦੱਸ ਜੇ ਉਹ ਕਰ ਸਕਦੇ ਆ ਤਾਂ ਠੀਕ ਹੈ ਨਹੀਂ ਤੇਰਾ ਸਰਕਲਮ ਕੀਤਾ ਜਾਊਗਾ ਜਿਹੜੇ ਕੇਸ ਲੜਨ ਵਾਸਤੇ ਜਿਹੜੀ ਵਕੀਲ ਤੱਕ ਅਪਰੋਚ ਕੀਤਾ ਜਾਂਦਾ ਹੈ কোর্ਟ ਦੇ ਵਿੱਚ ਤਾਂ ਉਹ ਜਿਹੜਾ ਅਪਰੋਚ ਕਰਦਾ ਹੈ ਵਕੀਲ ਤੱਕ ਉਹ ਕੌਣ ਤੁਸੀਂ ਕਰਦੇ ਹੋ ਜਾਂ ਫਿਰ ਉੱਥੋਂ ਕੋਈ ਪੰਜਾਬੀ ਕਰਦਾ ਹੈ ਜਾਂ ਉੱਥੋਂ ਦਾ ਕੋਈ ਰਹਿਣ ਵਾਲਾ ਹੋਰ ਵਸਿੰਦਾ ਕਰਦਾ ਹਾਂਜੀ ਅਪਰੋਚ ਉੱਥੋਂ ਜਦੋਂ ਅਸੀਂ ਬਲਵਿੰਦਰ ਦਾ ਫੋਨ ਆਉਂਦਾ ਤੇ ਨੈਟ ਵਗੈਰਾ ਤੇ ਜਿਹੜਾ ਹੈਗਾ ਆਪਣੀ ਐਮਬੈਸੀ ਦਾ ਨੰਬਰ ਦੇਖ ਕੇ ਤੇ ਅੱਗੇ ਤੋਂ ਅੱਗੇ ਹੌਲੀ-ਹੌਲੀ ਕਿਸੇ ਆਪਣੇ ਇੰਡੀਅਨ ਐਮਬੈਸੀ ਦੇ ਵਕੀਲ ਦਾ ਨੰਬਰ ਮਿਲਦਾ ਉਸ ਤੋਂ ਅੱਗੇ ਜਿਹੜੀ ਕਾਰਵਾਈ ਹੌਲੀ-ਹੌਲੀ ਪ੍ਰਮਾਤਮਾ ਦੀ ਕਿਰਪਾ ਨਾਲ ਚੱਲ ਰਹੀ ਹੈ ਜੀ ਹਾਂਜੀ ਹਾਂ ਜੀ ਪਰਵਿੰਦਰ ਦੇ ਨਾਲ ਹੁਣ ਵੀ ਗੱਲ ਹੋਈ ਤੁਹਾਡੀ ਹਾਂ ਜੀ ਹੁਣ ਬਲਵਿੰਦਰ ਦਾ ਤਕਰੀਬਨ ਫੋਨ ਆ ਡੇਲੀ ਵਾਂਗੂ ਆ ਜਾਂਦਾ ਉਹ ਕਿਉਂਕਿ 2-3 ਦਿਨ ਨਹੀਂ ਹੋ ਸਕਦਾ ਕਿ ਪਰਮਾਤਮਾ ਨਾ ਕਰੇ ਕਿ ਐਸਾ ਦਿਨ ਦੇਖਣਾ ਪਵੇ 2-3 ਦਿਨ ਹੀ ਉਹਦੇ ਲਾਸਟ ਤਰੀਕ ਦੇ ਵਿੱਚ ਰਹਿ ਗਏ ਐ 15 ਮਈ ਲਾਸਟ ਤਰੀਕ ਦਿੱਤੀ ਹੋਈ ਹੈ ਉਹਨਾਂ ਨੇ ਬਲਵਿੰਦਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਦੇ ਪਰਿਵਾਰ ਦੇ ਵਿੱਚੋਂ ਕੌਣ-ਕੌਣ ਉਡੀਕ ਕਰਦਾ ਹੈ ਉਹਨਾਂ ਦੀ ਬਲਵਿੰਦਰ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਮਾਤਾ ਜੀ ਉਡੀਕ-ਉਡੀਕ ਕਰ ਉਡੀਕ ਕਰਦੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਪਿਤਾ ਜੀ ਵੀ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਘਰ ਦੇ ਵਿੱਚ ਸਿਰਫ ਉਹਨਾਂ ਦਾ ਇੱਕ ਬ੍ਰਦਰ ਹੈ ਜੀ ਤੇ ਇੱਕ ਉਹਨਾਂ ਦੀ ਸਿਸਟਰ ਹੈ ਸਿਸਟਰ ਮੈਰਿਡ ਹੈ ਤੇ ਬ੍ਰਦਰ ਹੀ ਹੈ ਉਹਨਾਂ ਦਾ ਘਰੇ ਇਕੱਲਾ ਹੈ ਅਨਮੈਰਿਡ ਨੇ ਹਾਂਜੀ ਉਹ ਅਨਮੈਰਿਡ ਤੇ ਹੁਣ ਕਿੰਨੇ ਜਿਹੜੇ ਪੈਸੇ ਆ 71 ਹੋ ਚੁੱਕੇ ਆ ਜਿਹੜੇ ਅਜੇ ਤੱਕ ਲੋਕਾਂ ਨੂੰ ਅਪੀਲ ਕੀਤੀ ਸੀ ਉਹਦੇ ਵਿੱਚੋਂ ਜੀ 1 ਕਰੋੜ ਤੇ 20 ਲੱਖ ਦੇ ਕਰੀਬ ਹੁਣ ਤੱਕ ਮਦਦਤ ਹੋ ਚੁੱਕੀ ਹੈ ਸੰਗਤ ਦੁਆਰਾ ਤੇ 80 ਲੱਖ ਰੁਪਏ ਸਰ ਹਲੇ ਘਟਦੇ ਆ ਤੇ ਦੈਨ ਇੱਕ ਦੋ ਦਿਨ ਪੰਜ ਚਾਰ ਦਿਨ ਬਾਕੀ ਰਹਿ ਗਿਆ ਕਿਉਂਕਿ 15 ਤਰੀਕ ਲਾਸਟ ਮਿਲੀ ਹੈ 48 ਤੋਂ 24 ਘੰਟਿਆਂ ਤੋਂ 48 ਘੰਟੇ ਤੱਕ ਦਾ ਪ੍ਰੋਸੈਸ ਬੈਂਕ ਦਾ ਹੈਗਾ ਕਿਉਂਕਿ 13 ਤਰੀਕ ਨੂੰ ਹੀ ਉਹ ਪੈਸੇ ਬਾਹਰ ਭੇਜਨੇ ਪੈਣੇ ਸੀ ਤੁਹਾਡੀ ਬਲਵਿੰਦਰ ਦੇ ਨਾਲ ਗੱਲਬਾਤ ਹੋਈ ਉਹ ਕੀ ਕਹਿੰਦੇ ਨੇ ਕਿਉਂਕਿ ਜਦੋਂ ਕੋਈ ਸ਼ਖਸ਼ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਵੇ ਤਾਂ ਉਹਨੂੰ ਪਤਾ ਹੋਵੇ ਕਿ ਮੇਰੀ ਮੌਤ ਵਾਲਾ ਦਿਨ ਤੈ ਹੋ ਚੁੱਕਾ ਹੈ ਤਾਂ ਇੱਕ ਪਾਸੇ ਪੰਜਾਬ ਦੇ ਲੋਕਾਂ ਦੇ ਉੱਪਰ ਜਾਂ ਜਿਹੜੇ ਨਾਨਕਲੇਵਾ ਸਿੱਖ ਸੰਗਤਾਂ ਨੇ ਉਹਨਾਂ ਦੇ ਉੱਪਰ ਬਹੁਤ ਵੱਡੀ ਉਮੀਦ ਹੈ ਪਰ ਭਲਵਿੰਦਰ ਦੀ ਇਸ ਮਸਲੇ ਨੂੰ ਲੈ ਕੇ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਬਿਲਕੁਲ ਜਦੋਂ ਬਲਵਿੰਦਰ ਪਹਿਲਾਂ ਸਾਡੇ ਨਾਲ ਗੱਲ ਕਰਦਾ ਸੀ ਤਾਂ ਸਾਨੂੰ ਹੌਸਲਾ ਦਿੰਦਾ ਸੀ ਕੋਈ ਗੱਲ ਨਹੀਂ ਮੈਂ ਆ ਜਾਊਗਾ ਤੁਸੀਂ ਹੌਸਲਾ ਨਾ ਛੱਡੋ ਹੁਣ ਉਹਦਾ ਹੌਸਲੇ ਥੋੜਾ ਜਿਹਾ ਵੀ ਉਹਦਾ ਹੌਸਲਾ ਨਹੀਂ ਰਿਹਾ ਹੁਣ ਉਹਨੂੰ ਕਿਉਂਕਿ ਜਿਹੜੇ ਬੰਦੇ ਤੇ 4-5 ਦਿਨ ਜ਼ਿੰਦਗੀ ਤੇ ਰਹਿੰਦੇ ਹੋਣ ਹੋ ਸਕਦਾ ਉਹਨੂੰ ਕੀ ਪਤਾ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਤਾਂ ਕਹਿੰਦੇ ਆ ਵੀ ਵਾਪਸ ਆ ਜੇ ਉਹ ਬੰਦੇ ਤੇ ਕੀ ਵੀ ਦੀ ਹੈ ਉਹ ਹੀ ਦੱਸ ਸਕਦੇ ਆ 15 ਮਈ ਵਾਲਾ ਦਿਨ ਮਾਤਾ ਦੀ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਸੀ 15 ਮਈ ਵਾਲਾ ਦਿਨ ਇੱਕ ਤਲਵਾਰ ਲਟਕਦੀ ਪਈ ਹੈ ਬਲਵਿੰਦਰ ਦੇ ਉੱਪਰ ਇਸ ਬਾਰੇ ਕਿਵੇਂ ਦੇਖਿਆ ਜਾ ਬਿਲਕੁਲ ਬਲਵਿੰਦਰ ਦਾ ਫੋਨ ਆਉਂਦਾ ਅਗਰ ਜੇ ਮੈਂ ਪੰਜਾਬੀ ਵੀਰ ਸਾਡੀ ਹੈਲਪ ਕਰਕੇ ਮੈਨੂੰ ਮੈਂ ਇੱਥੇ ਆ ਜਾਂਨਾ ਤਾਂ ਬੈਟਰ ਹੈ ਜੇਕਰ ਮੈਂ ਨਹੀਂ ਹੁੰਦਾ ਤਾਂ ਮਾਤਾ ਦੀ ਵਰਸੀ ਦੇ ਨਾਲ ਮੇਰਾ ਵੀ ਭੋਗ ਪਾਉਂਦਾ ਜੇ ਜੇ ਅਪਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਜੰਮੇ ਬਹੁਤ ਅਜਿਹੇ ਲੋਕ ਨੇ ਜਿਹੜੇ ਬਹੁਤ ਦਾਨਸ਼ਮੰਦ ਲੋਕ ਨੇ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਲੋਕਾਂ ਦਾ ਭਲਾ ਕਰਦੇ ਨੇ ਸਰਬੱਤ ਦਾ ਭਲਾ ਕਰਦੇ ਨੇ ਤਾਂ ਡਾਕਟਰ ਐਸ ਪੀ ਉਬਰਾਈ ਨੇ ਜਾਂ ਹੋਰ ਇਸ ਤਰ੍ਹਾਂ ਦੇ ਸ਼ਖਸ ਨੇ ਇਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਤੁਸੀਂ ਹਾਂਜੀ ਬਿਲਕੁਲ ਅਸੀਂ ਜਦੋਂ ਤੋਂ ਕੇਸ ਚੱਲ ਰਿਹਾ ਉਦੋਂ ਤੋਂ ਹੀ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਹੈ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਉਬਰਾਈ ਸਾਹਿਬ ਜੀ ਨੇ ਸਾਨੂੰ ਵਿਸ਼ਵਾਸ ਵੀ ਹੈ ਕਿ ਸਾਡੀ ਮਦਦ ਜ਼ਰੂਰ ਕਰਨਗੇ ਇਹਨਾਂ ਨੇ ਕਿਹਾ ਕਿ ਤੁਸੀਂ ਪੰਜਾਬੀਆਂ ਤੋਂ ਜਿੰਨੀ ਵੀ ਡੋਨੇਸ਼ਨ ਇਕੱਠੀ ਹੁੰਦੀ ਹੈ ਪਹਿਲਾਂ ਤੁਸੀਂ ਪੰਜਾਬੀਆਂ ਤੋਂ ਕਿਉਂਕਿ ਪੰਜਾਬੀ ਆਪਣੇ ਸਾਰਿਆਂ ਤੋਂ ਵੱਡੇ ਵੀ ਅਸੀਂ ਕੁਝ ਵੀ ਨਹੀਂ ਹੈਗੇ ਉਹਨਾਂ ਦੇ ਮੁਕਾਬਲੇ ਤੇ ਬਾਕੀ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਉਹਨਾਂ ਨੇ ਭਰੋਸਾ ਦਿਤਾਇਆ ਈ ਸਾਨੂੰ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਸੀਐਮ ਬੰਨ ਤੋਂ ਪਹਿਲਾਂ ਬਹੁਤ ਵੱਡੇ ਦਾਅਵੇ ਕਰਦੇ ਰਹੇ ਨੇ ਜਾਂ ਜਿਹੜੇ ਨੌਜਵਾਨ ਬਾਹਰ ਬੈਠੇ ਨੇ ਜਿਹੜੇ ਮੁਸੀਬਤਾਂ ਦੇ ਵਿੱਚ ਫਸ ਜੇ ਰਹੇ ਨੇ ਤਾਂ ਉਹਨਾਂ ਨੂੰ ਪੰਜਾਬ ਲੈ ਕੇ ਆਉਂਦੇ ਰਹੇ ਨੇ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਈ ਕੋਈ ਨਹੀਂ ਜੀ ਗਰੀਬ ਪਰਿਵਾਰਾਂ ਦੀ ਭਗਵੰਤ ਮਾਨ ਤੱਕ ਅਪਰੋਚ ਸਾਡੀ ਨਹੀਂ ਹੋਈ ਹੈ ਜੇ ਥੋੜੀ ਬਹੁਤੀ ਐਮਐਲਏ ਤੱਕ ਗਏ ਆਂਗੇ ਤੇ ਇੱਥੇ ਟਾਈਮ ਮੰਗਿਆ ਸੀ ਸਰ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਅਸੀਂ ਇੱਥੇ ਕੁਝ ਨੌਕਰੀ ਲੈਣ ਵਾਸਤੇ ਨਹੀਂ ਆਏ ਅਸੀਂ ਆਪਣੇ ਭਰਾ ਦੀ ਜਾਨ ਦੀ ਭੀਖ ਮੰਗਣ ਵਾਸਤੇ ਆਏ ਆ ਕਿ ਸਾਡੀ ਹੈਲਪ ਜ਼ਰੂਰ ਕੀਤੀ ਜਾਵੇ ਸਾਨੂੰ ਟਾਈਮ ਦਿੱਤਾ ਜਾਵੇ ਜਾਂ ਸਰਕਾਰੀ ਫੰਡ ਦੇ ਵਿੱਚੋਂ ਸਾਡੀ ਮਦਦ ਕੀਤੀ ਜਾਵੇ ਜਿਹੜੇ ਐਮਐਲਏਜ਼ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਸ ਤਰ੍ਹਾਂ ਦਾ ਵਿਸ਼ਵਾਸਨ ਦਵਾਇਆ ਤੁਹਾਨੂੰ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਅਜੇ ਪ੍ਰੈਕਟੀਕਲ 'ਚ ਉਹਨਾਂ ਨੇ ਕੁਝ ਨਹੀਂ ਕੀਤਾ ਜੀ। ਹਾਂਜੀ। ਇਹੀ ਕਹਿਣਾ ਚਾਹੁੰਦੇ ਆ ਜੀ ਦਿਨ ਸਾਡੇ ਕੋਲੇ ਬਹੁਤ ਥੋੜੇ ਆ ਜੀ। ਇਹਦੇ ਲਈ ਸਾਨੂੰ ਜੋ ਵੀ ਕੋਈ ਐਨਜੀਓ ਜਾਂ ਕੋਈ ਵੀ ਟਰਸਟ ਕੋਈ ਵੀ ਆਵਾਜ਼ ਹੁੰਦਾ ਸਾਨੂੰ ਜੋ ਵੀ ਸੇਵਾ ਤਲਪਾਲ ਸਾਨੂੰ ਦਿੱਤੀ ਜਾਵੇ ਜਾਂ ਕੋਈ ਵੀ ਸਾਨੂੰ ਕੋਈ ਕਾਨੂੰਨੀ ਕਾਰਵਾਈ ਦੇਵੇ ਸਾਡੀ ਕੋਈ ਮਦਦ ਕਰ ਸਕਦਾ ਉਹ ਕੀਤੀ ਜਾਵੇ। ਭਾਈ ਇੱਕ ਪਾਸੇ ਸਾਡੇ ਪੰਜਾਬ ਦੀ ਤਰਾਸਦੀ ਹੈ ਵੀ ਅਸੀਂ ਜਿਹੜੇ ਪੰਜਾਬ ਦੇ ਨੌਜਵਾਨ ਉਹ ਕੰਮ ਕਰਦੀ ਭਾਲ ਦੇ ਵਿੱਚ ਇੱਥੇ ਕਿਤੇ ਨਾ ਕਿਤੇ ਸੰਕਟ ਦੇ ਨਾਲ ਜੂਝਦੇ ਪਏ ਨੇ ਪਰ ਦੂਜੇ ਪਾਸੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਚਾਅ ਹੁੰਦਾ ਕਿ ਅਸੀਂ ਵਿਦੇਸ਼ ਦਾ ਜਾਵਾਂਗੇ ਉੱਥੇ ਜਾ ਕੇ ਕਮਾਈ ਕਰਕੇ ਆਪਣੇ ਪਰਿਵਾਰ ਦਾ ਚੰਗਾ ਜਿਹੜਾ ਵਸੇਬਾ ਕਰਵਾ ਸਕਾਂਗੇ ਤਾਂ ਫਿਰ ਕਿਤੇ ਨਾ ਕਿਤੇ ਇੱਥੇ ਰਹਿ ਕੇ ਵੀ ਸਾਡਾ ਭਵਿੱਖ ਸੰਕਟ ਦੇ ਵਿੱਚ ਹੈ ਔਰ ਵਿਦੇਸ਼ ਦੇ ਵਿੱਚ ਰਹਿ ਕੇ ਵੀ ਸੰਕਟ ਦੇ ਵਿੱਚ ਹੈ ਕਿਵੇਂ ਦੇਖਿਆ ਜਾਵੇ ਇਹ ਦੇਖੋ ਇਹ ਗੱਲ ਸੀਗੀ ਉਦੋਂ ਇੱਧਰ ਦੇ ਵਿੱਚ ਕੋਈ ਵੀ ਕੋਈ ਰੋਜਗਾਰ ਹੈ ਨਹੀਂ ਸੀਗਾ ਘਰ ਘਰਦਿਆਂ ਕੋਲ ਕੋਈ ਸੋਰਸ ਹੈ ਨਹੀਂ ਸੀ ਇਨਕਮ ਦਾ ਤੋ ਦੇਖੋ ਦੇਖ ਸਾਰੇ ਜਣੇ ਜਾ ਰਹੇ ਸੀਗੇ ਵੀ ਉਧਰ ਹਾਂ ਉਧਰੋਂ ਕੋਈ ਪਰਿਵਾਰ ਗਿਆ ਆਇਆ ਸੀਗਾ ਤੇ ਆਸੇ-ਪਾਸੇ ਦੇਖਦੇ ਸੀ ਵੀ ਇਹਨਾਂ ਦਾ ਰੋਜੀ ਰੋਟੀ ਵਧੀਆ ਚੱਲੀ ਜਾਂਦੀ ਆ ਕਿ ਹੁਣ ਆਪਾਂ ਵੀ ਜਾ ਕੇ ਇਹ ਕਰ ਲਗੇ ਸੋ ਇਸੇ ਤਰ੍ਹਾਂ ਦੇ ਵਿੱਚ ਉਹ ਵੀ ਉਧਰ ਗਏ ਸੀਗੇ ਆ ਦੀ ਰੋਜੀ ਰੋਟੀ ਦੇ ਵਿੱਚ ਹੀ ਸੋ ਇਹ ਪਤਾ ਨਹੀਂ ਸੀ ਵੀ ਇੱਕ ਘਟਨਾ ਜਿਹੜੀ ਕੁਦਰਤੀ ਵਾਪਰੀ ਆ ਜੀ ਹੋ ਜਾਊਗਾ ਪਰਿਵਾਰ ਦੀ ਸਪੋਰਟ ਦੇ ਵਿੱਚ ਕੁਝ ਸਮਾਜ ਸੇਵੀ ਲੋਕ ਵੀ ਆਏ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਲ ਹੈ ਕਿ ਪਰਿਵਾਰ ਦਾ ਹਾਲਾਤ ਕਿਸ ਤਰ੍ਹਾਂ ਦੇ ਨੇ ਆਰਥਿਕ ਪੱਖ ਤੋਂ ਸਭ ਤੋਂ ਪਹਿਲਾਂ ਜੀ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸ਼ੁਰੂ ਤੋਂ ਇਸ ਪਰਿਵਾਰ ਨਾਲ ਤੇ ਇਸ ਚੈਨਲ ਨਾਲ ਜੁੜੇ ਹੋਏ ਆ ਤੇ ਅਸੀਂ ਬੜਾ ਚਾਹ ਉਹਨਾਂ ਤੁਹਾਡਾ ਚੈਨਲ ਦੇਖਦੇ ਆ ਤੇ ਬੜਾ ਤੁਹਾਡੀ ਪੱਤਰਕਾਰੀ ਨੂੰ ਵੀ ਅਸੀਂ ਬਹੁਤ ਦਿਲ ਤੋਂ ਸਲੂਟ ਕਰਦੇ ਆ ਜੀ ਪਰਿਵਾਰ ਦੇ ਜਿਹੜੇ ਜਿੱਥੋਂ ਤੱਕ ਹਾਲਾਤਾਂ ਦੀ ਗੱਲ ਹੈ ਜੀ ਪਰਿਵਾਰ ਬਹੁਤ ਨਾਰਮਲ ਤੇ ਬਹੁਤ ਸਧਾਰਨ ਪਰਿਵਾਰ ਆ ਜੀ ਛੋਟਾ ਜਿਹਾ ਘਰ ਆ ਜੀ ਸਿੱਧਾ ਜਾ ਕੋਈ ਕੋਠੀ ਨਹੀਂ ਪਾਈ ਹੋਈ ਵਿਚਾਰਾ ਕੀ ਕਹਿੰਦੇ ਟਰੱਕ ਚਲਾ ਕੇ ਪਹਿਲਾਂ ਡ్రਾਈਵਰੀ ਕਰਦਾ ਸੀਗਾ ਟਰੱਕ ਚਲਾ ਕੇ ਗੁਜ਼ਾਰਾ ਕਰ ਰਿਹਾ ਹੈ ਪਰਿਵਾਰ ਜੀ ਬਹੁਤ ਨਾਰਮਲ ਤੇ ਬਿਲਕੁਲ ਦੇਸੀ ਪਰਿਵਾਰ ਆ ਜੀ ਤੇ ਇਹ ਨਹੀਂ ਕੋਈ ਵੱਡੀਆਂ ਕੋਈ ਸੇਵਿੰਗ ਹੈਗੀਆਂ ਨਹੀਂ ਕਰਜ਼ਾ ਚੱਕ ਚੱਕੇ 9 ਸਾਲ ਤੋਂ ਭਰਾ ਦੀ ਭਰਾ ਲਈ ਲੜ ਰਿਹਾ ਵਿਚਾਰਾ ਜਿੰਨੇ ਜੋਗਾ ਹੈਗਾ ਕਰ ਰਿਹਾ ਪਰ ਹੁਣ ਗੱਲ ਆ ਗਈ 2 ਕਰੋੜ ਰੁਪਏ ਤੇ ਤਾਂ ਹੁਣ ਤਾਂ ਫਿਰ ਉਹਦੇ ਲਈ ਵੀ ਮੁਸ਼ਕਲ ਹੋਇਆ ਪਿਆ ਭਗਵੰਤ ਮਾਨ ਦੀ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਵੱਡੇ ਦਾਅਵੇ ਕਰਦੇ ਰਹੇ ਨੇ ਜਾਂ ਸੀਐਮ ਬਣ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਨੌਜਵਾਨ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੰਕਟ ਦੇ ਵਿੱਚ ਫਸੇ ਨੇ ਤਾਂ ਉਹਨਾਂ ਨੂੰ ਪੰਜਾਬ ਲੈ ਕੇ ਆਉਂਦੇ ਰਹੇ ਨੇ ਤਾਂ ਹੁਣ ਉਹਨਾਂ ਦੇ ਕੋਲੋਂ ਕਿਸ ਤਰ੍ਹਾਂ ਦੀ ਉਮੀਦ ਕਰਦੇ ਹਾਂ ਸਰ ਹਜੇ ਤੱਕ ਤਾਂ ਭਗਵੰਤ ਮਾਨ ਜੀ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਆਫਿਸ ਵੀ ਫੋਨ ਗਏ ਉੱਥੇ ਕੀਤਾ ਪਰ ਨਹੀਂ ਕੋਈ ਰਿਵਰਟ ਬੈਕ ਨਹੀਂ ਹੋਇਆ ਕੋਈ ਸਾਨੂੰ ਟਾਈਮ ਨਹੀਂ ਮਿਲਿਆ ਠੀਕ ਹੈ ਪਰ ਹਜੇ ਤੱਕ ਤਾਂ ਭਗਵੰਤ ਮਾਨ ਜੀ ਨਹੀਂ ਕੋਈ ਕੋਈ ਗੱਲ ਨਹੀਂ ਕਰ ਸਕੇ ਸਾਡੇ ਨਾਲ ਨਾ ਸਾਡੀ ਹੁੰਦਾ ਨਾ ਕੋਈ ਗੱਲ ਹੋਈ ਆ ਨਾ ਉਹਨਾਂ ਨੇ ਕੋਈ ਸਮਾਂ ਦਿੱਤਾ ਜੀ ਠੀਕ ਹੈ ਹੁਣ ਇਹ ਨਹੀਂ ਪਤਾ ਵੀ ਉਹਨਾਂ ਦੀ ਜਿਹੜੇ ਥਲੜੀ ਟੀਮ ਆ ਉਹ ਅੱਗੇ ਮੈਸੇਜ ਲਾਉਂਦੀ ਆ ਜਾਂ ਨਹੀਂ ਲਾਉਂਦੀ ਅਸੀਂ ਲੋਕਲ ਐਮਐਲਏਜ਼ ਨਾਲ ਵੀ ਗੱਲ ਕੀਤੀ ਨਹੀਂ ਕਿਸੇ ਨੇ ਸਾਥ ਦਿੱਤਾ ਜੀ ਉਹਨਾਂ ਦਾ ਘਰੇ ਵੀ ਨਹੀਂ ਗਏ ਹੋਰ ਤਾਂ ਫੋਕਾ ਹਾਂ ਦਾ ਨਾਰਾ ਮਾਰਨ ਵੀ ਨਹੀਂ ਗਿਆ ਕੋਈ ਹੁਣ ਗੱ ਰੱਬ ਨਾ ਕਰੇ ਪੈਸੇ ਪੂਸੇ ਨਹੀਂ ਹੋਏ ਤਾਂ ਬਲਵਿੰਦਰ ਦੀ লাশ ਆਵੇ ਤਾਂ ਫਿਰ ਜਰੂਰ ਸੀਐਮ ਸਾਹਿਬ ਪਹੁੰਚ ਸਕਦੇ ਆ ਫਿਰ ਕੀ ਕਹਿ ਸਕਦੇ ਆ ਜੀ ਫਿਰ ਆਪਾਂ ਭੋਗਾਂ ਦੇ ਇਕੱਠ ਕਰਨ ਦਾ ਤਾਂ ਜਿੰਨਾ ਮਰਜ਼ੀ ਕਰ ਲਈਏ ਜੀ ਜੇ ਇੱਕ ਜੌਂਦੇ ਬੰਦੇ ਲਈ ਅਸੀਂ ਅੱਜ ਤੁਹਾਡੇ ਤੋਂ ਡਿਮਾਂਡ ਕਰ ਰਹੇ ਆ ਮੰਗ ਕਰ ਰਹੇ ਆ ਤੁਹਾਡੇ ਚਰਣਾ ਚਰਦਾਸ ਕਰ ਰਹੀ ਆ ਪਰਿਵਾਰ ਅਰਦਾਸ ਕਰ ਰਿਹਾ ਵੀ ਤੁਸੀਂ ਪਲੀਜ਼ ਸਾਡੇ ਬੱਚੇ ਨੂੰ ਘਰੇ ਵਾਪਸੀ ਕਰਾ ਦਿਓ ਤਾਂ ਮੇਰੇ ਖਿਆਲ ਚ ਤੁਹਾਨੂੰ ਖੁੱਲ ਕੇ ਕਰਨੀ ਚਾਹੀਦੀ ਆ ਜੀ ਨਾਨਕਪੁਰਾ ਸਿੱਖ ਸੰਗਤਾਂ ਨੂੰ ਸੁਨੇਹਾ ਕੀ ਅਖੀਰ ਵਿੱਚ ਸਨੇਹਾ ਅਸੀਂ ਕੌਣ ਹੁੰਨੇ ਜੀ ਦੇਣ ਵਾਲੇ ਅਸੀਂ ਤਾਂ ਇੱਥੇ ਅਸੀਂ ਖੁਦ ਪਾਪੀ ਆ ਜੀ ਹਨਾ ਬੜੇ ਅਸੀਂ ਕਹਿੰਦੇ ਆ ਪਰ ਸੰਗਤਾਂ ਨੂੰ ਇੱਕ ਛੋਟੀ ਜੀ ਬੇਨਤੀ ਕਰ ਸਕਦੇ ਆ ਜੀ ਬੇਨਤੀ ਇਹ ਆ ਜੀ ਅਸੀਂ ਦੁਨੀਆ ਭਰ ਦੇ ਵਿੱਚ ਲੰਗਰ ਲਾਤੇ ਸੀਰੀਆ ਚਲੇ ਗਏ ਹੋਰ ਦੁਨੀਆ ਜਿੱਥੇ ਲੋਕਾਂ ਦੇ ਘਰ ਤੱਕ ਪਾਏ ਆ ਅਸੀਂ ਜਿੰਨਾ ਜਿਹੜੇ ਸਾਡੇ ਨਾਲ ਕੋਈ ਲੈਣਾ ਨਹੀਂ ਉਹਨਾਂ ਦਾ ਸਾਨੂੰ ਕੋਈ ਦੇਣ ਨਹੀਂ ਅਸੀਂ ਉਹਨਾਂ ਨੇ ਕਦੇ ਸਾਨੂੰ ਜ਼ਿੰਦਗੀ 'ਚ ਮੁੜ ਕੇ ਥੈਂਕ ਯੂ ਵੀ ਨਹੀਂ ਕੀਤਾ ਹੋਣਾ ਹਨਾ ਅਸੀਂ ਉਹਨਾਂ ਲਈ ਸਭ ਕੁਝ ਕਰਿਆ ਅਸੀਂ ਘਰ ਪਰ ਆ ਸਾਰਾ ਕੁਝ ਕਰਿਆ ਆ ਲੰਗਰ ਲਾਏ ਉਹਨਾਂ ਦੇ ਸਿਰ ਟਕਾਏ ਪੈਰਾਂ ਜੁੱਤੀਆਂ ਪੋਏ ਪਰ ਅੱਜ ਗੱਲ ਇਹ ਆ ਕਿ ਅੱਜ ਤੁਹਾਡਾ ਆਪਣਾ ਘਰ ਦਾ ਪੁੱਤ ਆ ਤੁਹਾਡੀ ਕਮਿਊਨਿਟੀ ਦਾ ਬੰਦਾ ਅੱਜ ਤੁਹਾਡੀ ਕਮਿਊਨਿਟੀ ਦੇ ਬੰਦੇ ਨੂੰ ਲੋੜ ਆ ਅੱਜ ਸੰਗਤਾਂ ਨੂੰ ਚਾਹੀਦਾ ਕਿ ਖੁੱਲ ਕੇ ਪਰਿਵਾਰ ਦੀ ਮਦਦ ਕਰੋ ਕਿਸੇ ਦੇ ਅਕਾਊਂਟ 'ਚ ਕੋਈ ਇਹ ਨਹੀਂ ਕਿ ਕਿਸੇ ਹੋਰ ਸਸਤਾ ਦੇ ਪੈਸਾ ਪਾਉਣਾ ਸਿੱਧਾ ਪਰਿਵਾਰ ਦੇ ਅਕਾਊਂਟ 'ਚ ਪੈਸੇ ਪਾਉਣਾ ਜੀ ਸਿੱਧਾ ਤੁਸੀਂ ਜੋ ਮਦਦ ਕਰਨੀ ਪਰਿਵਾਰ ਨੂੰ ਦੇਣੀ ਆ ਜੀ ਹਾਂ ਇੱਕ ਚੀਜ਼ ਹੋਰ ਆ ਉੱਥੇ ਕੋਡ ਕਰਨੀ ਚਾਹਾਂ ਪੰਜਾਬੀਆਂ ਨੂੰ ਉੱਥੇ ਚੈਲੰਜ ਵੀ ਹੋ ਗਿਆ ਕਿ ਜੇ ਭਾਈ ਜੇ ਤੁਹਾਡੇ ਤੋਂ ਮਤਲਬ ਤੁਹਾਡੀ ਕਮਿਊਨਿਟੀ ਨਹੀਂ ਕੋਸ਼ਿਸ਼ ਕਰ ਸਕਦੀ ਵੈਸੇ ਤਾਂ ਤੁਸੀਂ ਬਹੁਤ ਲੰਗਰ ਲਾਉਣੇ ਆ ਉੱਥੋਂ ਦੇ ਜਿਹੜੇ ਉਹਨਾਂ ਦੇ ਧਰਮ ਦੇ ਜਿਹੜੇ ਬੰਦੇ ਸੀ ਹਨ ਜਾਂ ਉਹਨਾਂ ਨੇ ਕਿਹਾ ਕਿ ਜੇ ਤੂੰ ਸਾਡੇ ਧਰਮ ਮੁਸਲਮ ਬਨ ਜੇ ਤਾਂ ਅਸੀਂ ਤੈਨੂੰ ਇੱਕ ਦਿਨ ਦੇ ਵਿੱਚ ਫ੍ਰੀ ਕਰਾ ਲੈ ਕਰਾ ਸਕਦੇ ਆ ਤੂੰ ਸਾਡੇ ਧਰਮ ਨੂੰ ਕਰ ਲਾ ਹੁਣ ਗੱਲ ਇੱਥੇ ਆ ਬਲਵਿੰਦਰ ਇੱਥੇ ਹਜੇ ਤੱਕ ਇੱਥੇ ਅੜਿਆ ਹੋਇਆ ਹੈ ਕਿ ਨਹੀਂ ਮੈਂ ਆਪਣਾ ਧਰਮ ਨਹੀਂ ਛੱਡਣਾ ਮੈਂ ਮਰਨਾ ਕੋਈ ਗੱਲ ਨਹੀਂ ਮੈਂ ਮਰ ਜੂਗਾ ਕੋਈ ਗੱਲ ਨਹੀਂ ਜੋ ਸਜ਼ਾ ਦੇਣੀ ਤੁਸੀਂ ਦੇ ਦਿਓ ਪਰ ਮੈਂ ਆਪਣਾ ਧਰਮ ਨਹੀਂ ਛੱਡਣਾ ਠੀਕ ਹੈ ਪਰ ਹੁਣ ਇੱਥੇ ਗੱਲ ਇਹ ਆ ਕਿ ਸਾਨੂੰ ਇਸ ਚੀਜ਼ ਨੂੰ ਲੈ ਕੇ ਸਾਨੂੰ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਵੀ ਅੱਜ ਗੱਲ ਸਾਡੇ ਸਾਡੀ ਕੌਮ ਤੇ ਆ ਗਈ ਹੈ ਸਾਡੀ ਕਮਿਊਨਿਟੀ ਤੇ ਆ ਗਈ ਹੈ ਕਿ ਸਾਡੇ ਤੋਂ 2 ਕਰੋੜ ਵੀ ਨਹੀਂ ਸਰਿਆ ਸਾਡੇ ਤੋਂ 2 ਕਰੋੜ ਅਸੀਂ 3 ਕਰੋੜ ਪੰਜਾਬੀ ਕੱਲਾ ਇੰਡੀਆ ਇੰਡੀਆ ਪੰਜਾਬ ਪੰਜਾਬ ਚ ਰਹਿ ਰਿਹਾ ਇੰਡੀਆ ਚ ਰਹਿ ਰਿਹਾ ਅਸੀਂ ਇੱਕ ਇੱਕ ਰੁਪਈਆ ਵੀ ਦਈਏ ਤਾਂ 3 ਕਰੋੜ ਰੁਪਈਆ ਬਣਦਾ ਸਰ ਠੀਕ ਹੈ ਬਹੁਤ ਪੰਜਾਬੀ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਬਹੁਤ ਕੋਸ਼ਿਸ਼ ਦਿੱਤਾ ਠੀਕ ਹੈ ਜੇ ਇੱਕ ਪਰਿਵਾਰ ਦੀ ਤੁਸੀਂ ਕਿਸੇ ਬੱਚਾ ਜਿਹਦੀ ਮਾਂ ਜਿਹਦਾ ਪਿਓ ਇਸ ਦੁਨੀਆ ਤੋਂ ਇਹ ਸੋਚਦਾ ਚੱਲ ਗਿਆ ਕਿ ਅੱਜ ਮੇਰਾ ਬੱਚਾ ਕੱਲ ਮੇਰਾ ਬੱਚਾ ਆ ਜਾਊਗਾ ਸਮਝ ਲਓ ਉਸ ਮਰਨ ਵਾਲੇ ਮਰਨ ਵਾਲੀ ਮਰੀ ਹੋਈ ਮਾਂ ਦੀ ਰੂਹ ਨੂੰ ਸ਼ਾਂਤੀ ਮਿਲੂਗੀ ਤੁਹਾਡੇ ਕਰਕੇ ਤੁਹਾਨੂੰ ਹੋ ਸਕਦਾ ਉਹ ਰੂਹ ਅਕਾਲ ਪੁਰਖ ਦੇ ਚਰਨਾਂ ਚਰਦਾਸਾਂ ਕਰੂਗੀ ਕਿ ਮੇਰਾ ਬੱਚਾ ਘਰ ਆ ਗਿਆ ਇਹੀ ਕਹਿਣਾ ਚਾਹਾਂਗੇ ਜੀ ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਜਿਸ ਦਿਨ ਮਾਂ ਆਪਣੇ ਪੁੱਤ ਨੂੰ ਅੜੀਕਦੀ ਇਸ ਸੰਸਾਰ ਨੂੰ ਛੱਡ ਕੇ ਗਈ ਸੀ 15 ਮਈ ਵਾਲੇ ਦਿਨ ਅਖੀਰ 15 ਮਈ ਵਾਲਾ ਦਿਨ ਉਹ ਪੁੱਤਰ ਦੇ ਉੱਪਰ ਵੀ ਸੰਕਟ ਮਡਰਾ ਰਿਹਾ ਏ ਤਾਂ ਪੰਜਾਬ ਦੇ ਲੋਕਾਂ ਦੇ ਉੱਪਰ ਜਾਂ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਨੇ ਕਿ ਉਹ ਬਲਵਿੰਦਰ ਸਿੰਘ ਨੂੰ ਬਚਾਉਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਗਿਣਤੀ ਦੇ ਦਿਨ ਨੇ ਤਾਂ ਕਿਸ ਤਰੀਕੇ ਦੇ ਨਾਲ ਬਲਵਿੰਦਰ ਨੂੰ ਬਚਾ ਕੇ ਵਾਪਸ ਪੰਜਾਬ ਦੇ ਵਿੱਚ ਲਿਆਂਦਾ ਜਾ ਸਕਦਾ ਏ ਤਾਂ ਅਸੀਂ ਰਜਿਆਂ ਨੂੰ ਬਹੁਤ ਰਜਾਉਂਦੇ ਆ ਕਿਉਂਕਿ ਵੱਡੇ ਵੱਡੇ ਦਾਨਪੂਰਨ ਕੀਤੇ ਜਾਂਦੇ ਆ ਉਹਨਾਂ ਲੋਕਾਂ ਵਾਸਤੇ ਜਿਹੜੀ ਕਮਿਊਨਿਟੀ ਦੇ ਨਾਲ ਸਾਡਾ ਕੋਈ ਲਗਾਓ ਵੀ ਨਹੀਂ ਜਿਨ੍ਹਾਂ ਨੂੰ ਅਸੀਂ ਜਾਣਦੇ ਬੁਝਦੇ ਵੀ ਨਹੀਂ ਪਰ ਜਿਹੜੇ ਪੰਜਾਬ ਦੇ ਪੁੱਤ ਨੇ ਜਿਹੜੇ ਕਿਤੇ ਨਾ ਕਿਤੇ ਮਜਬੂਰੀ ਵਸੋ ਕੇ ਵਿਦੇਸ਼ਾਂ ਦੇ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਗਏ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਾਰ ਜ਼ਮੀਨ ਦੇ ਉੱਪਰ ਲਿਆਇਆ ਜਾ ਸਕਦਾ ਏ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦੇ ਉੱਪਰ ਨਾਨਕ ਕਲਾਮ ਲੈਵਾ ਸਿੱਖ ਸੰਗਤਾਂ ਦੇ ਮੋਢਿਆਂ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ درمیان حاضر ਹੋਵਾਂਗਾ ਧੰਨਵਾਦ